ਸਤਿ ਸ਼੍ਰੀ ਅਕਾਲ ਵੀਰ ਜੀ, ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਤਾਂ ਵੀਰ ਜੀ, ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਬੋੜੇ ਵਾਲੇ ਕੰਗ, ਜ਼ਿਲ੍ਹਾ ਅੰਮ੍ਰਿਤਸਰ ਪੈਂਦਾ, ਤਹਿਸੀਲ ਮਜੀਠਾ। ਅਤੇ ਡਾਕਟਰ ਸਾਹਿਬ ਕੋਲ ਪਹੁੰਚ ਚੁੱਕੇ ਹਾਂ ਜੀ ਆਪਾਂ। ਅੱਜ ਵੀ ਇਹਨਾਂ ਕੋਲ 4 ਕੁ ਪਸ਼ੂ ਸੇਲ ਹੈ, ਨਾਲ ਇੱਕ ਗਾਂ ਵੀ ਹੈ ਜੀ। ਅਤੇ ਹੁਣ ਇਹਨਾਂ ਨਾਲ ਗੱਲਬਾਤ ਕਰੀਏ, ਇਹਦੇ ਪ੍ਰਾਈਸ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ, ਰਿਕੁਐਸਟ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਨਾਲੇ ਵੀਡੀਓ ਬਾਤ ਅੱਛੀ ਕਰਦਿਆ ਕਰੋ। ਚਲੋ ਗਾਂ ਵੀ ਕਿਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਹੋਣੇ ਗੱਲਬਾਤ ਕਰੀਏ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ, ਹੋਰ ਸੁਣਾਓ ਜੀ। ਬਸ ਵਧੀਆ, ਬੜੀ ਮਾਲਕ ਦੀ ਕਿਰਪਾ ਜੀ। ਚਲੋ, ਕਿਵੇਂ ਚੱਲ ਰਿਹਾ ਜੀ ਕੰਮ? ਬਸ ਵਧੀਆ ਚੱਲ ਜਾਂਦਾ ਕੰਮ। ਮੌਜਾਂ ਲੱਗੇ ਜੀ? ਮੌਜਾਂ ਮੌਜਾਂ ਜੀ। ਗਾਂ ਲਿਆਂਦੀ ਜੀ ਫਿਰ? ਹੈ ਗਾਂ ਲਿਆਂਦੀ ਕੰਮ ਨਹੀਂ। ਚਲੋ, ਇੱਕ ਤਾਂ ਪੀਸ ਜ਼ਰੂਰੀ ਹੁੰਦਾ ਨਾ। ਬੈੜਾ ਲਈਆਂ ਬਹੁਤ ਚੰਗੀਆਂ ਮਸ਼ੀਨ, ਉਹ ਵੀ ਚੰਗੀਆਂ ਸੋਈ ਆ ਥੱਲੇ, 14-15 ਕਿਲੋ ਇਹ ਗੱਬਣੇ ਜੀ? ਇਹ ਗੱਬਣੇ ਜੇ ਹਫਤਾ ਹੀ ਲੈ ਜੂਗੀ। ਪਿਓਰ 2 ਦੰਦ ਦੇ ਮਸ਼ੀਨ, ਪਿਓਰ 2 ਦੰਦ ਪਹਿਲਾ ਸੂਆ। ਆਹ ਦੇਖੋ ਜੀ, ਤੋਰੋ ਜੀ, ਖੋਲੀਏ ਫਿਰ ਆਪਾਂ। ਠੰਡੀ ਸੀਲ ਬੜੀ ਵਸੀ। ਜਿੱਦਾਂ ਮਰਜ਼ੀ ਬੈਠੇ ਰਹੋ। ਚੰਗੀ ਬੈੜ ਹੈ ਜੀ। ਕਿੰਨਾ ਟਾਈਮ ਲੈ ਜੀ ਡਾਕਟਰ ਸਾਹਿਬ? ਅੱਛਾ ਜੀ, ਇੱਕ ਹਫਤਾ ਲੈ ਜੋ ਨਾ। ਬਹੁਤ ਟੌਪ ਦੀ ਬੈੜ ਹੈ ਜੀ। ਆਹ ਦੇਖੋ ਜੀ, ਪਹਿਲਾ ਸੂਗਾ ਦੇਖੋ। ਹਾਂ, ਚੰਗੀ ਬਣੂਗੀ ਜੀ। ਕਹਿੰਦੇ ਬਹੁਤ ਨਸਲ ਵਾਲੀ ਬੈੜ। ਬੰਦ ਕਿੰਨਾ ਕਰ ਜੂ ਤੁਹਾਡਾ ਸੰਦੋਸ਼? ਚਲੋ ਹੈ, ਪਹਿਲਾਂ ਨਹੀਂ ਆ ਹੈ ਜੀ। ਕਿੰਨਾ ਕਰੂ ਤੁਹਾਡਾ ਸੁਣਾ? ਹਾਂਜੀ, 25-26 ਕਿਲੋ ਦੁੱਧ ਵਾਲੇ ਹੀ ਲੈਣ। ਹਾਂਜੀ, 25-26 ਕਿਲੋ ਪਾਰਟੀ ਜਿਹਦੀ ਵੱਛੀ ਆ। ਅੱਛਾ, 25-26 ਕਿਲੋ, ਠੀਕ ਆ। ਚਲੋ ਬੋਲੋ ਜੀ। 16 ਕਿਲੋ ਦੇ ਆਰਾਮ ਨਾਲ। ਹਾਂ ਬਿਲਕੁਲ ਜੀ, ਬਿਲਕੁਲ, ਯਾਦ ਵੀ ਪੂਰੀ ਆ, ਯਾਦ ਪੂਰੀ ਆ। ਸੰਦੀਪ ਜੀ, ਵੱਛੀ ਦਾ ਮੁੱਲ 65,000 ਆ। ਹਾਂਜੀ, 62,000 ਦੀ ਵੱਛੀ ਦੇ ਦਾਂਗੇ ਪੂਰੇ ਸੜ ਤੋਂ। ਪੂਰੇ ਸੜ ਦੇ ਦਈਏ? ਥੱਲੇ ਕਿੰਨਾ? 2,000 ਬਿਲਕੁਲ ਜੀ, ਬਿਲਕੁਲ। ਇਹ ਜੀ, ਅੱਛਾ, 12 ਨੂੰ ਪੱਕਾ ਜੀ? ਵਾਹ ਜੀ, ਖੋਲੋ ਖੋਲੋ, ਦੇਖੋ ਜੀ, ਨੀਲੀ ਦੀ ਝੋਟੀ ਆ। ਆਹ ਦੇਖੋ, 12 ਕਿਲੋ ਦੁੱਧ। ਤੋਰੋ ਜੀ ਇਹਨੂੰ ਵੀ, ਬੱਚਾ ਮਗਰ ਕੱਟਾ 20 ਦਿਨ ਹੋ ਗਿਆ ਸੂਈ ਨੂੰ, ਬਹੁਤ ਕੱਟਾ ਪਲਿਆ। ਚਲੋ ਤੋਰੋ ਫਿਰ, ਲਓ ਜੀ, ਦੇਖੋ ਘਰਾਂ ਦੇ। ਨਹੀਂ ਨਹੀਂ, ਠੀਕ ਹੈ ਜੀ। ਆਹ ਦੇਖੋ, ਬਹੁਤ ਸੋਹਣਾ ਲੱਗਾ ਥਾਲੇ ਵਾ ਜੀ। ਵਾਹ ਜੀ, ਨੀਲੀ ਦੀ ਆ ਗਈ ਝੋਟੀ ਜੀ। ਬਸ ਠੀਕ ਹੈ, ਲੈ ਲੈ ਚਲੋ ਜੀ, ਕੱਟਾ ਆ ਗਿਆ ਨਾ ਜੀ। ਹਾਂ, ਡੱਬ ਡੁੱਬ ਵੀ ਕਣਕੀ ਲੱਗਾ ਪੂਰਾ ਜ਼ਬਰ ਥਾਣਾ ਜੀ, ਚੋਣ ਲੱਗਾ ਬਹੁਤ ਜ਼ਿਆਦਾ ਹੀ ਵਧੀਆ। ਚਲ ਬੋਲੋ, 85,000 ਦੇ ਦਾਂਗੇ ਆਪੀ, 3,000 ਛੋੜ ਕਰ ਦਾਂਗੇ ਪੂਰੇ 80 ਦੀ, ਪੂਰੇ 80 ਦੇ। ਚਲੋ ਠੀਕ, 80 ਦੇ ਦਾਂਗੇ। 1,000 ਹੋਰ ਛੱਡ ਦੇ, 1,000 ਰੁਪਏ ਮਿਲੋ ਨਹੀਂ ਕਿਤੇ। 1,000 ਛੱਡ ਦੋ, ਨਾਸੀ ਜਾਣ ਦੋ, ਬਸ ਆ ਜਾਓ, ਬਸ ਜਾਣ ਦੋ, ਕੋਈ ਨਹੀਂ। ਨਹੀਂ ਠੀਕ ਆ, ਦੁੱਧ ਅਸੀਂ ਦੁੱਧ ਵਾਲੀ ਹੈ ਜੀ। ਹਾਂ ਬਸ ਚਲੋ, ਹਾਂਜੀ, 4 ਦੰਦ ਝੋਟੀ, 4 ਦੰਦ ਝੋਟੀ ਪਹਿਲਾ ਸੂਆ, 8ਵਾਂ 9ਵਾਂ ਸੂਈ ਨੂੰ ਹੋ ਜਾਏ। ਹਾਂ ਬਸ ਠੀਕ ਆ, ਹਾਂ 4 ਦੰਦ ਹੀ ਆ। ਲੈ ਲੈ, ਹਰਿਆਣੇ ਕਹਿ ਦੋ ਲਈ ਆਪਾਂ ਇੱਥੋਂ ਝੋਟੀ। ਅੱਛਾ, ਝੋਟੀ ਬਹੁਤ ਨਸਲ, ਜੈਡ ਬਲੈਕ ਨਾਲ ਹੈ ਨਾ ਜੀ। ਤੇ ਬੱਚਾ ਮਰ ਕੀ ਆ ਗਿਆ ਜੀ? ਕੱਟਾ ਹੀ ਮਗਰ ਆ ਗਿਆ ਇਹਦੇ ਵੀ, ਇਹ ਵੀ। ਅੱਛਾ, ਨਹੀਂ ਨਹੀਂ, ਬਹੁਤ ਸੋਹਣੀ ਝੋਟੀ ਹੈ ਵੀ, ਜੈਡ ਬਲੈਕ ਹੈ ਜੀ। ਜੈ ਬਿਲਕੁਲ ਭਾਅ ਜਾਇ ਜੀ, ਜੀ ਭਾਅ ਜਾਇ ਰੱਖ, ਤਾਂ ਹੀ ਗੱਡੀ ਚਲੂ ਜੀ। ਬਸ ਠੀਕ ਹੈ ਜੀ ਫਿਰ, ਬੋਲੋ ਬਾਈ ਜੀ ਫਿਰ। ਜੈ ਜੀ ਬਿਲਕੁਲ, ਹਾਂਜੀ, 75 ਦੀ।
ਜਾਣ ਦੋ ਬਸ ਠੀਕ ਹੈ ਨਹੀਂ ਸੋਹਣੀ ਝੋਟੀ ਆ ਕਰਦੇ ਜੀ ਕਰਦੇ ਜੀ ਬਾਕੀ ਝੋਟੀ ਬਹੁਤ ਚੰਗੀ ਹਾਂ ਨਹੀਂ ਬਹੁਤ ਨਸਲ ਬੁਰੀ ਹੈ ਝੋਟੀ ਦੇ ਜੀ ਲੈ ਲਓ ਵੇਖੋ ਕੀ ਹੈ ਦੁਪਹਿਰ ਦਾ ਟਾਈਮ ਹੈ ਸਾਰਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਆਹ ਜੀ ਇਹ ਸੰਦੀਪ ਜੀ ਸੂਈ ਆ ਅੱਛਾ ਜੀ ਪਹਿਲਾ ਸੂਆ ਟੁੱਟ ਗਿਆ ਜੀ ਪਹਿਲਾ ਸੂਆ ਦੁੱਧ ਹੋਗਾ 8 ਕਿਲੋ ਦਾ ਸੂਆ 8 ਕਿਲੋ ਦੁੱਧ ਹੈ ਜੀ ਤੂੰ ਦੇਖੋ ਪਹਿਲਾ ਸੂਆ ਸੂਏ ਨੂੰ 20 25 ਹੋ ਗਏ ਆ ਆ ਦੇਖੋ ਆ ਮਹੀਨਾ ਵੀ ਗਿਣ ਲੈ ਆ ਤੁਹਾਡਾ ਸਾ ਮਹੀਨਾ ਹੀ ਲਾ ਲਓ ਜੀ ਬਸ ਆ ਦੇਖੋ ਓਏ ਆਪਣੀ ਸਮਝ ਰਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਦੁੱਧ 8 ਕਿਲੋ ਆ ਵਧੀਆ ਚੋਣ ਚੋਣ ਬਸ ਠੀਕ ਆ ਆ ਵੇਖੋ ਕਰਾਂਗੇ ਆ ਜਾਓ ਫਰਾਂਟ ਨੂੰ ਬਹੁਤ ਜ਼ਿਆਦਾ ਵਧੀਆ ਇਹਦਾ ਠੀਕ ਆ ਆ ਠੀਕ ਆ ਜੀ ਹਾਂਜੀ ਭਾਜੀ ਫਿਰ ਲਾਸਟ ਪੀਸ ਹੀ ਹੈ ਜੀ ਇਹ ਟੋਕਣਾ ਵਾਲਾ ਭਾਈ ਜਿੰਦੇ ਬਸ ਟੋਕਣਾ ਦੇ ਕੰਮ ਕਰ ਦਿਓ ਬਸ ਝੋਟੀ ਸੱਜਣ ਵਧੀਆ ਝੋਟੀ ਹਾਂਜੀ 55 ਦੇ ਦਿੰਦੀ ਝੋਟੀ ਨਹੀਂ ਹੋਰ ਸੰਦੀਪ ਜੀ ਪੂਰੇ 50000 ਦੀ ਝੋਟੀ ਦੇ ਦਾਂਗੇ ਦੋ ਹੀ ਨਹੀਂ ਦੋਣਾ ਮੈਂ ਜਾਣ ਦਵਾ 48000 ਦੀ ਲਾਸਟਲਾ ਪੀਸ ਆ ਚਲੋ ਗਾਂ ਵੀ ਜਰਾ ਮੋਜ ਲਊਗਾ ਸੈਮਸੰਗ ਬਹੁਤ ਚੰਗੀ ਝੋਟੀ ਦੇ ਹਾਂ ਬਾ ਠੀਕ ਪਿਛਾ ਸੁਥਰੀ ਬੜੀ ਆ ਬਾ ਚਲੋ ਠੀਕ ਹੈ ਜੀ ਦੇਖੋ ਜੀ ਡਾਕਟਰ ਸਾਹਿਬ ਦਿਨਾਂ ਦਿਨ ਰੇਟ ਬਿਲਕੁਲ ਜਾਇਜ਼ ਕਰ ਰਹੇ ਆ ਠੀਕ ਹੈ ਜੀ ਤੇ ਨਾਲੇ ਜਦੋਂ ਗਾਵਾਂ ਵੀ ਸ਼ੁਰੂ ਕਰ ਰਹੀਆਂ ਭਰਾ ਉਹਦਾ ਚੈੱਕ ਕਰਕੇ ਚੁਆਈ ਕਰਕੇ ਹਨਾ ਜੀ ਹਾਂਜੀ ਹਾਂ ਬਿਲਕੁਲ ਡਾਕਟਰ ਸਾਹਿਬ ਪਤਾ ਗੱਲ ਕੀ ਆ ਹਾਂਜੀ ਚਾਰ ਪਸ਼ੂ ਆਏ ਆ ਗਾਂ ਹੋਰ ਲੈਣ ਦੀ ਤਿਆਰੀ ਕਰੋ ਨਿਕਲਣ ਦੋ ਜਿਹੜਾ ਜਾਂਦਾ ਕਿ ਨਹੀਂ ਜੀ ਨਹੀਂ ਜਾਇਜ਼ ਆ ਨਾ ਨਾ ਜਾਇਜ਼ ਆ ਜਾਇਜ਼ ਆ ਚਲੋ ਬਸ ਵਧੀਆ ਜੀ ਚਲੋ ਵਧੀਆ ਜੀ ਬੋਲੋ ਨੰਬਰ ਜੀ ਨਾਮ ਮੇਰਾ ਡਾਕਟਰ ਅਵਤਾਰ ਸਿੰਘ ਹਾਂਜੀ ਬੋੜੇਵਲ ਕੰਗ ਤੇ ਫੋਨ ਨੰਬਰ ਹੈ 7745799940 ਸਤਿ ਸ਼੍ਰੀ ਅਕਾਲ